ਹੈਲੋ ਫਰੈਂਡਸ ਵੈਲਕਮ ਆਨ ਐਕਸਟਰੀ ਚੈਨਲ ਹਾਂਜੀ ਅੱਜ ਅਸੀਂ ਗੱਲ ਕਰਾਂਗੇ ਇੰਡੀਆ ਬਾਰੇ ਜੋ ਕਿ ਭਾਰਤ ਦੇ ਬੰਗੂਲ ਬਾਰੇ ਇੰਡੀਆ ਬਾਰੇ ਤੁਹਾਨੂੰ ਜੋ ਕਿ ਜਾਣਕਾਰੀ ਦਵਾਂਗੇ ਜੋ ਕਿ ਕੁਐਸਚਨ ਹਨ ਵੀਡੀਓ ਕਲਰਕ ਅਤੇ ਹੋਰ ਬਹੁਤ ਸਾਰੇ ਪੇਪਰਾਂ ਦੇ ਵਿੱਚ ਜ਼ਰੂਰ ਆ ਸਕਦੇ ਹਨ ਜੇਕਰ ਤੁਸੀਂ ਵੀ ਸਰਕਾਰੀ ਜਾਂ ਪ੍ਰਾਈਵੇਟ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਐਂਡ ਬੈਲ ਆਈਕਨ ਤੇ 올 ਨੋਟੀਫਿਕੇਸ਼ਨ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਦੇਣਾ ਹਾਂਜੀ ਹੁਣ ਅਸੀਂ ਚੱਲਦੇ ਹਾਂ ਅੱਜ ਦੇ ਫਰਸਟ ਕੁਐਸਚਨ ਦੇ ਉੱਪਰ ਭਾਰਤ ਦਾ ਕੁੱਲ ਖੇਤਰਫਲ ਕਿੰਨਾ ਹੈ 3287263 ਵਰਗ ਕਿਲੋਮੀਟਰ ਜੋ ਕਿ ਭਾਰਤ ਦਾ ਕੁੱਲ ਖੇਤਰਫਲ ਹੈ ਭਾਰਤ ਦੀ ਜ਼ਮੀਨੀ ਸਰਹੱਦ ਨਾਲ ਕਿਹੜੇ ਕਿਹੜੇ ਦੇਸ਼ ਲੱਗਦੇ ਹਨ ਇਸ ਦਾ ਆਨਸਰ ਹੈ ਬੰਗਲਾਦੇਸ਼, ਚੀਨ, ਪਾਕਿਸਤਾਨ, ਨੇਪਾਲ, ਮਿਆਂਮਾਰ, ਭੂਟਾਨ ਅਤੇ ਪਾਕਿਸਤਾਨ ਭਾਰਤ ਦੀ ਜਲ ਸਰਹੱਦ ਕਿਹੜੇ ਦੇਸ਼ਾਂ ਨਾਲ ਲੱਗਦੀ ਹੈ? ਮਾਲਦੀਵ, శ్రీਲੰਕਾ, ਬੰਗਲਾਦੇਸ਼, ਮਿਆਂਮਾਰ ਅਤੇ ਪਾਕਿਸਤਾਨ ਨਾਲ ਕਰਕ ਰੇਖਾ ਕਿਸ ਰਾਜਾਂ ਵਿੱਚੋਂ ਲੰਘਦੀ ਹੈ? ਇਸ ਦਾ ਆਨਸਰ ਹੈ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਛਤੀਸਗੜ ਝਾਰਖੰਡ ਝਾਰਖੰਡ ਪੱਛਮੀ ਬੰਗਾਲ ਤ੍ਰੈਪੁਰਾ ਅਤੇ ਮਿਜ਼ੋਰਮ ਭਾਰਤ ਦਾ ਮਿਆਰੀ ਸਮਾਂ ਕਿੱਥੋਂ ਲਿਆ ਜਾਂਦਾ ਹੈ ਇਲਾਹਾਬਾਦ ਦੇ ਨੇੜੇ ਨੈਨੀ ਨਾਮਕ ਸਥਾਨ ਤੋਂ ਭਾਰਤ ਦੇ ਮਿਆਰੀ ਸਮੇਂ ਅਤੇ ਗ੍ਰੀਨਵਿਚ ਸਮੇਂ ਵਿੱਚ ਕਿੰਨਾ ਅੰਤਰ ਹੈ 5.5 ਘੰਟੇ ਦਾ ਭਾਰਤ ਦੀ ਜਮੀਨੀ ਸਰਹੱਦ ਦੀ ਲੰਬਾਈ ਕਿੰਨੀ ਹੈ 15200 ਕਿਲੋਮੀਟਰ ਜੋ ਕਿ ਜ਼ਮੀਨੀ ਸਰਹੱਦ ਦੀ ਲੰਬਾਈ ਹੈ ਸਭ ਤੋਂ ਲੰਬਾ ਸਮੁੰਦਰੀ ਤੱਟ ਕਿਹੜਾ ਰਾਜ ਹੈ ਇਸ ਦਾ ਆਨਸਰ ਹੈ ਗੁਜਰਾਤ ਕਰਕ ਰੇਖਾ ਭਾਰਤ ਦੇ ਕਿੰਨੇ ਰਾਜਾਂ ਵਿੱਚੋਂ ਲੰਘਦੀ ਹੈ ਇਸ ਦਾ ਆਨਸਰ ਹੈ 8 ਰਾਜਾਂ ਵਿੱਚੋਂ ਜੋ ਕਿ ਕਰਕ ਰੇਖਾ ਲੰਘਦੀ ਹੈ ਕਿਹੜਾ ਰਾਜ ਸਭ ਤੋਂ ਛੋਟਾ ਸਮੁੰਦਰੀ ਤੱਟ ਰੱਖਦਾ ਹੈ ਗੋਆ ਜੋ ਕਿ ਸਭ ਤੋਂ ਛੋਟਾ ਸਮੁੰਦਰੀ ਤੱਟ ਹੈ ਜਿੱਥੇ